ਜੀ ਪਿਆਰਿਓ ਅਸਲਾਮੁਅਲੈਕਮ ਵਅ ਰਹਿਮਤੁਲਾਹੀ ਵਬਰਕਾਤੁ ਹੋਗੀ ਹਾਲ ਚਾਲ ਜੀ ਠੀਕ ਠਾਕ ਹੋ ਉਮੀਦ ਹੈ ਅੱਲਾਹ ਤਾਲਾ ਦੇ ਹੁਕਮ ਦੇ ਨਾਲ ਇਨਸ਼ਾ ਅੱਲਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਲਾਹ ਤਾਲਾ ਸਭ ਤੇ ਰਹਿਮਤਾ ਫਰਮਾਏ ਅੱਲਾਹ ਤਾਲਾ ਸਭ ਨੂੰ ਆਪਣੇ ਹਿਫਜ਼ੋ ਇਮਾਨ ਚ ਰੱਖੇ ਅੱਜ ਦੇ ਵੀ ਲੋਗ ਦੇ ਵਿੱਚ ਮੈਂ ਤੁਹਾਨੂੰ ਪਾਕਿਸਤਾਨ ਦੇ ਮਸ਼ਹੂਰ ਟੀਵੀ ਫਨਕਾਰ ਅਦਾਕਾਰ ਅਦਨਾਨ ਸ਼ਾ ਟਿੱਪੂ ਸਾਬ ਨੇ ਇੱਕ ਬੜੇ ਅਫਸੋਸ ਦਾ اظہار ਕੀਤਾ ਕਿ ਉਹਨਾਂ ਨੇ ਮਧੂਰੀ ਦੇ ਨਾਲ ਬਾਲੀਵੁੱਡ ਦੀ ਅਦਾਕਾਰ ਜਿਹੜੀ ਸੀ ਇੱਕ ਫਿਲਮ ਦੇ ਵਿੱਚ ਕੰਮ ਕਰਨੇ ਦਾ ਮੌਕਾ ਮਿਲਿਆ ਲੇਕਿਨ ਕੁਦਰਤੀ ਗੱਲ ਆ ਕਿ ਉਹ ਮੌਕਾ ਮੇਰੇ ਹੱਥੋਂ ਨਿਕਲ ਗਿਆ ਉਹਨਾਂ ਨੇ ਇੱਕ ਪੋਡਕਾਸਟ ਦੇ ਵਿੱਚ ਹਿੱਸਾ ਲਿਆ ਉਹਦੇ ਵਿੱਚ ਉਹਦੀ ਮੁਕੰਮਲ ਤਫਸੀਲਾ ਦਸੀ ਕਿਉਂ ਕਿ ਦਾ ਹੱਥੋਂ ਨਿਕਲ ਗਿਆ ਹਾਲਾਂਕਿ ਉਹਨਾਂ ਨੇ ਇਸ ਫਿਲਮ ਵਾਸਤੇ ਜਿਹੜੀ ਮਧੂਰੀ ਨੇ ਬਣਾਈ ਸੀ ਡੇਡ ਇਸ਼ਕੀਆ ਉਹਦੇ ਵਿੱਚ ਐਡੀਸ਼ਨ ਵੀ ਦਿੱਤਾ ਸੀ ਲੇਕਿਨ ਉਹ ਸਿਲੈਕਟ ਨਹੀਂ ਹੋ ਸਕੇ ਉਸ ਦੀ ਮੁਕੰਮਲ ਤਫਸੀਲਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਲਓ ਜੀ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰ ਦੇਣਾ ਔਰ ਨਾਲ ਨਾਲ ਘੰਟੀ ਦੇ ਬਟਨ ਨੂੰ ਜ਼ਰੂਰ ਦਬ ਦੇਣਾ ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ ਔਰ ਇਸ ਤਰ੍ਹਾਂ ਤੁਸੀਂ ਮੇਰੇ ਨਾਲ ਜੁੜੇ ਰਹਿ ਸਕਦੇ ਹੋ ਅੱਜ ਦੇ ਵਲੌਗ ਦੇ ਵਿੱਚ ਅਦਾਕਾਰ ਅਦਨਾਨ ਸ਼ਾ ਜਿਹੜੇ ਨੇ ਇਹਨਾਂ ਨੇ ਇੱਕ ਪੋਡਕਾਸਟ ਦੇ ਵਿੱਚ ਫੈਸਲ ਕੁਰਾਸ਼ੀ ਦੀ ਸੀ ਜਿਹੜੀ ਉਹਦੇ ਵਿੱਚ ਹਿੱਸਾ ਲਿਆ ਫੈਸਲ ਕੁਰਾਸ਼ੀ ਨੇ ਸਵਾਲ ਕੀਤਾ ਕਿ ਤੁਸੀਂ ਇੱਕ ਆਪਣੀ ਸ਼ੇਅਰ ਕੀਤੀ ਸੀ ਪੋਸਟ ਕਿ ਮੈਂ ਮਧੂਰੀ ਦੇ ਨਾਲ ਕੰਮ ਕਰਨਾ ਚਾਹੁੰਦਾ ਸੀ ਲੇਕਿਨ ਮੈਨੂੰ ਉਹਦੇ ਵਿੱਚ ਕੰਮ ਨਾ ਮਿਲਿਆ ਉਸ ਫਿਲਮ ਦੇ ਵਿੱਚ ਜਿਹੜੀ ਡੇਡ ਇਸ਼ਕੀਆ ਸੀ ਤੇ ਉਹਦੇ ਮੁਤਲਕ ਤੁਸੀਂ ਕੀ ਦਸੋਗੇ ਉਹਦੇ ਜਵਾਬ ਦੇ ਵਿੱਚ ਅਦਾਕਾਰ ਅਦਨਾਨ ਛਾ ਟਿਪੂ ਨੇ ਦੱਸਿਆ ਕਿ ਮੇਰੀ दिली ਖਾਹ ਸੀ ਕਿ ਮੈਂ ਡੇਡ ਇਸ਼ਕੀਆ ਫਿਲਮ ਦੇ ਵਿੱਚ ਮਧੂਰੀ ਦੇ ਨਾਲ ਕਮ ਕਰਾ ਉਸ ਫਿਲਮ ਦੇ ਵਿੱਚ ਮੈਂ ਇੱਕ ਜਾਗੀਰਦਾਰ ਦਾ ਕਿਰਦਾਰ ਅਦਾ ਕਰਨਾ ਸੀ ਲੇਕਿਨ ਕਿਸਮਤ ਨੂੰ ਮਨਜ਼ੂਰ ਨਹੀਂ ਸੀ ਹੈਗਾ ਹਾਲਾਂਕਿ ਉਹ ਦੱਸ ਦੇ ਨੇ ਕਿ ਮੈਂ ਮਧੂਰੀ ਨੂੰ ਬਹੁਤ ਜ਼ਿਆਦਾ ਪਸੰਦ ਕਰਦਾ ਕਿਉਂਕਿ ਮਧੂਰੀ ਤੁਹਾਨੂੰ ਪਤਾ ਸੋਹਣੀ ਵੀ ਬਹੁਤ ਆ ਖੂਬਸੂਰਤ ਆ ਅੱਲਾਹ ਤਾਲਾ ਨੇ ਉਹਨੂੰ ਹੁਸਨ ਹੀ ਨਾ ਦਿੱਤਾ ਕਿ ਉਹ ਦੇਖੋ ਅਦਰਾਨ ਸ਼ਾ ਟਿਪੂ ਜਿਹੜਾ ਕਹਿੰਦਾ ਕਿ ਉਹ ਮੈਨੂੰ ਬਹੁਤ ਜ਼ਿਆਦਾ ਪਸੰਦ ਆ ਬਾਕੀ ਜਿਹੜੇ ਲੋਕ ਨੇ ਉਹ ਵੀ ਜ਼ਾਹਰਾ ਪਸੰਦ ਕਰਦੇ ਹੋਣਗੇ ਤੇ ਉਹਨਾਂ ਨੇ ਦੱਸਿਆ ਕਿ ਉਹਦੇ ਵਿੱਚ ਮੈਂ ਜਿਹੜੀ ਫਿਲਮ ਸੀ 2010 ਦੇ ਵਿੱਚ ਬਣੀ ਜੜ ਇਸ਼ਕੀਆ ਉਹਦੇ ਵਿੱਚ ਮੈਂ ਐਡੀਸ਼ਨ ਦਿੱਤਾ ਲੇਕਿਨ ਉਸ ਐਡੀਸ਼ਨ ਦੇ ਵਿੱਚ ਐਂਡ ਤੇ ਆ ਕੇ ਉਹਨਾਂ ਨੇ ਮੈਨੂੰ ਜਿਹੜਾ ਇਹ ਰੋਲ ਸੀ ਇਹ ਵਿਜੇ ਰਾਜ ਨੇ ਅਦਾ ਕਰ ਦਿੱਤਾ ਉਹਨਾਂ ਨੇ ਉਹਨੂੰ ਇਸ ਫਿਲਮ ਦੇ ਵਿੱਚ ਫਿਰ ਕਾਸਟ ਕਰ ਲਿਆ ਇਸ ਤਰ੍ਹਾਂ ਇਹ ਮੌਕਾ ਜਿਹੜਾ ਸੀ ਮੇਰੇ ਹੱਥੋਂ ਨਿਕਲ ਗਿਆ। ਔਰ ਇਸ ਫਿਲਮ ਦੇ ਵਿੱਚ ਮੈਂ ਕੰਮ ਨਾ ਕਰ ਸਕਿਆ ਤੇ ਇਹਦਾ ਪੁਸ਼ਤਾਵਾ ਉਹ ਕਹਿੰਦੇ ਨੇ ਕਿ ਮੈਨੂੰ ਸਾਰੀ ਉਮਰ ਰਹਿਣਾ ਕਿਉਂਕਿ ਮੇਰੀ ਦਲੀ ਖਾਸੀ ਦਲੀ ਤਮੰਨਾ ਸੀ ਕਿ ਮੈਂ ਇੱਕ ਬਾਲੀਵੁੱਡ ਦੀ ਟੌਪ ਦੀ ਅਦਾਕਾਰਾ ਜਿਹਨੂੰ ਮੈਂ ਪਸੰਦ ਵੀ ਕਰਦਾ ਲਾਇਕ ਵੀ ਕਰਦਾ ਲੇਕਿਨ ਮੈਂ ਉਹਦੇ ਨਾਲ ਕੰਮ ਕਰਨਾ ਚਾਹੁੰਦਾ ਸੀ ਬਸ ਉਹ ਮੈਨੂੰ ਮੌਕਾ ਨਹੀਂ ਮਿਲਿਆ ਤੇ ਇਹਦੇ ਉੱਤੇ ਮੈਨੂੰ ਪੁਸ਼ਤਾਵਾ ਵੀ ਬੜਾ ये गलबात आज का विलॉग जोड़ा मैं तेनाली शेयर किया मेरी पसंद आया है जो जाते कोई अच्छा जहाँ कमेंट्स और लाइक्स वगैरह भी कर दिया करो या मुहब्बतों का बड़ा शुक्रिया असलकम वरहमतुल्लाहि ला